ਇਹ ਪੰਜਾਬ ਹੈ ਜਿਹੜਾ ਨੱਕੋ ਨੱਕ ਪਾਣੀ ਨਾਲ ਘਿਰ ਕੇ ਵੀ ਆਥਣੇ ਪੰਗਤ ਵਿੱਚ ਬੈਠਿਆਂ ਨੂੰ ਪੁੱਛਦਾ ਪ੍ਰਸ਼ਾਦਾ ਵਾਹਿਗੁਰੂ ਜੀ। ਸਾਡੀ ਵਾਰੀ ਨਾ ਕੋਈ ਗਵਾਂਢੀ ਬੌੜਿਆ, ਨਾ ਸਾਡੇ ਤੋਂ ਪਾਣੀ ਮੰਗਣ ਵਾਲੇ, ਨਾ ਅੱਛੇ ਦਿਨਾਂ ਦਾ ਹੁੱਕਾ ਦੇਣ ਵਾਲੇ ਤੇ ਨਾ ਸਾਨੂੰ ਅੱਤਵਾਦੀ ਕਹਿਣ ਵਾਲੇ। ਪਰ ਇੱਕ ਗੱਲ ਜ਼ਰੂਰ ਸੋਚਿਓ ਕਿ ਦੁਨੀਆਂ ਭਰ ਵਿੱਚ ਆਈਆਂ ਆਫਤਾਂ ਵਿੱਚ ਡਟ ਕੇ ਮਨੁੱਖਤਾ ਦਾ ਭਲਾ ਕਰਨ ਵਾਲੇ ਆਪਣੇ ਸਿਰ ਤੇ ਪਈ ਆਫਤ ਵਿੱਚ ਇਕੱਲੇ ਕਿਉਂ ਰਹਿ ਗਏ? 1988 ਤੋਂ ਬਾਅਦ ਪੰਜਾਬ ਵਿੱਚ ਇਸ ਵਾਰ 2023 ਵਿੱਚ ਦੁਬਾਰਾ ਵੱਡੇ ਹੜ੍ਹ ਆਏ ਨੇ ਤੇ ਪੰਜਾਬ ਵਿੱਚ ਅਜੇ ਵੀ ਕਈ ਇਲਾਕੇ ਹੜ੍ਹਾਂ ਦੀ ਮਾਰ ਹੇਠ ਨੇ। ਸਰਕਾਰੀ ਮਦਦ ਸਮੇਤ ਸਿੱਖ ਸੰਸਥਾਵਾਂ, ਸਮਾਜ ਸੇਵੀਆਂ ਅਤੇ ਆਮ ਲੋਕਾਂ ਦੀ ਮਿਹਨਤ ਦੀ ਬਦੌਲਤ ਪੰਜਾਬ ਵਿੱਚ ਆਏ ਹੜ੍ਹਾਂ ਦਾ ਪੰਜਾਬੀਆਂ ਨੇ ਮੂੰਹ ਭੰਨਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਰਕਾਰੀ ਮਸ਼ੀਨਰੀ 24 ਘੰਟੇ ਕੰਮ ਕਰ ਰਹੀ ਹੈ। ਬਹੁਤੇ ਇਲਾਕਿਆਂ ਵਿੱਚ ਸਥਿਤੀ ਵਿੱਚ ਸੁਧਾਰ ਹੈ, ਪਰ ਹਾਲੇ ਵੀ ਕੁਝ ਥਾਵਾਂ ਹੜ੍ਹ ਦੀ ਮਾਰ ਹੇਠ ਹਨ। ਪੰਜਾਬ ਦੇ ਮਾਲ ਮਹਿਕਮੇ ਦੇ ਰਿਕਾਰਡ ਮੁਤਾਬਕ ਹੁਣ ਤੱਕ ਪੰਜਾਬ ਦੇ ਕੁੱਲ 1473 ਪਿੰਡਾਂ ਨੂੰ ਹੜ੍ਹਾਂ ਦੀ ਮਾਰ ਝੱਲਣੀ ਪਈ ਹੈ। ਇਹਨਾਂ ਵਿੱਚੋਂ 458 ਪਿੰਡ ਪਟਿਆਲੇ ਦੇ ਨੇ, 268 ਪਿੰਡ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 364 ਪਿੰਡ ਰੂਪਨਗਰ, 30 ਮੋਗੇ ਦੇ, 41 ਹੁਸ਼ਿਆਰਪੁਰ, 28 ਲੁਧਿਆਣਾ, 32 ਸੰਗਰੂਰ, 92 ਫਿਰੋਜ਼ਪੁਰ, 13 ਕਪੂਰਥਲਾ, 77 ਜਲੰਧਰ, 22 ਫਾਜ਼ਿਲਕਾ, 21 ਮਾਨਸਾ ਤੇ 7 ਪਿੰਡ ਗੁਰਦਾਸਪੁਰ ਜ਼ਿਲ੍ਹੇ ਦੇ ਨੇ। 27 ਜੁਲਾਈ ਸਵੇਰੇ 8 ਵਜੇ ਤੱਕ 27,286 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਚੁੱਕਾ ਹੈ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਸੂਬੇ ਵਿੱਚ ਕੁੱਲ 159 ਰਾਹਤ ਕੈਂਪ ਚੱਲ ਰਹੇ ਨੇ, ਜਿਨ੍ਹਾਂ ਵਿੱਚ 1319 ਲੋਕ ਰਹਿ ਰਹੇ ਨੇ। ਮਾਨਸਾ ਜ਼ਿਲ੍ਹੇ ਦੇ ਰਾਹਤ ਕੈਂਪਾਂ ਵਿੱਚ ਸਭ ਤੋਂ ਵੱਧ 484 ਲੋਕ ਠਹਿਰੇ ਹੋਏ ਨੇ। ਬੁਲਾਰੇ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲਗਾਤਾਰ ਲੋਕਾਂ ਨੂੰ ਸੁੱਕੇ ਭੋਜਨ ਦੇ ਪੈਕਟ ਵੀ ਵੰਡੇ ਜਾ ਰਹੇ ਨੇ। ਜਿਹੜੇ 19 ਜ਼ਿਲ੍ਹਿਆਂ ਨੇ ਹੜ੍ਹਾਂ ਦੀ ਮਾਰ ਝੱਲੀ ਹੈ ਜਾਂ ਝੱਲ ਰਹੇ ਨੇ, ਉਹਨਾਂ ਵਿੱਚ ਤਰਨ ਤਾਰਨ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਕਪੂਰਥਲਾ, ਪਟਿਆਲਾ, ਮੋਗਾ, ਲੁਧਿਆਣਾ, SES ਨਗਰ, ਜਲੰਧਰ, ਸੰਗਰੂਰ, SBS ਨਗਰ, ਫਾਜ਼ਿਲਕਾ, ਗੁਰਦਾਸਪੁਰ, ਮਾਨਸਾ, ਪਠਾਨਕੋਟ ਤੇ ਬਠਿੰਡਾ ਸ਼ਾਮਲ ਨੇ। ਵੱਖ ਵੱਖ ਜ਼ਿਲ੍ਹਿਆਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਸੂਬੇ ਵਿੱਚ ਹੜ੍ਹਾਂ ਕਰਕੇ ਕੁੱਲ 43 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ, ਜਦੋਂ ਕਿ 19 ਵਿਅਕਤੀ ਜ਼ਖਮੀ ਹੋਏ ਨੇ। ਪਸ਼ੂ ਪਾਲਣ ਮਹਿਕਮੇ ਵੱਲੋਂ 26 ਜੁਲਾਈ ਨੂੰ ਸੂਬੇ ਵਿੱਚ ਕੁੱਲ 1517 ਪਸ਼ੂਆਂ ਦਾ ਇਲਾਜ ਕੀਤਾ ਗਿਆ, ਜਦੋਂ ਕਿ 682 ਪਸ਼ੂਆਂ ਦਾ ਟੀਕਾਕਰਨ ਕੀਤਾ ਗਿਆ। ਇਸੇ ਤਰ੍ਹਾਂ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਿਹਤ ਮਹਿਕਮੇ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ 24 ਘੰਟੇ ਸਰਗਰਮੀ ਨਾਲ ਕੰਮ ਕਰ ਰਹੀਆਂ ਨੇ। ਬੁਲਾਰੇ ਅਨੁਸਾਰ ਇਸ ਸਮੇਂ 413 ਰੈਪਿਡ ਰਿਸਪੋਂਸ ਟੀਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕੰਮ ਕਰ ਰਹੀਆਂ ਨੇ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 181 ਮੈਡੀਕਲ ਕੈਂਪ ਲਾਏ ਨੇ ਤੇ OPD ਦੀ ਗਿਣਤੀ 6365 ਹੈ। ਇਹ ਸਰਕਾਰੀ ਰਿਕਾਰਡ ਬੋਲਦਾ ਹੈ। ਇਹਨਾਂ ਹੜ੍ਹਾਂ ਕਰਕੇ ਭਾਵੇਂ ਪੰਜਾਬ ਦਾ ਮਾਲੀ ਤੌਰ 'ਤੇ ਨੁਕਸਾਨ ਹੋ ਗਿਆ, ਪਰ ਫਿਰ ਵੀ ਜੇ ਚੜ੍ਹਦੀ ਕਲਾ ਨਾਲ ਪੰਜਾਬ ਦੇ ਜਾਇਆਂ ਨੇ ਹੜ੍ਹਾਂ ਨੂੰ ਠੱਲ ਪਾਈ ਹੈ, ਬੰਨ ਬੰਨੇ ਨੇ ਸੇਵਾ ਕੀਤੀ ਹੈ। ਜਿਨ੍ਹਾਂ ਨੌਜਵਾਨਾਂ ਨੂੰ ਫੁਕਰੇ ਨਸ਼ੇੜੀ ਕਹਿੰਦੇ ਸੀ, ਉਹਨਾਂ ਨੇ ਮੋਢਿਆਂ 'ਤੇ ਮਿੱਟੀ ਦੇ ਬੋਰੇ ਚੁੱਕ ਕੇ ਪਾੜ ਪੂਰੇ। ਇੱਕ ਵਾਰ ਤਾਂ ਹੜ੍ਹਾਂ ਦੇ ਨਾਸੀ ਧੂੰਆਂ ਲਿਆ ਦਿੱਤਾ ਕਿ ਪੇਚਾ ਪਿਆ ਕਿਸ ਨਾਲ। ਜਦੋਂ ਡੁੱਬੀਆਂ ਛੂਆਂ ਵਾਲੇ 855 ਤੇ 3630 ਸ਼ਹਿਰਾਂ ਵਿੱਚ ਰਾਸ਼ਨ ਵੰਡਣ ਗਏ ਤਾਂ ਸ਼ਹਿਰੀਆਂ ਨੇ ਸੁੱਖ ਦਾ ਸਾਹ ਲਿਆ ਕਿ ਸ਼ੁਕਰ ਆ ਦੇਵਤੇ ਆ ਗਏ। ਇਹ ਪੰਜਾਬ ਹੈ ਜਿਹੜਾ ਨੱਕੋ ਨੱਕ ਪਾਣੀ ਨਾਲ ਘਿਰ ਕੇ ਵੀ ਆਥਣੇ ਪੰਗਤ ਵਿੱਚ ਬੈਠਿਆਂ ਨੂੰ ਪੁੱਛਦਾ ਪ੍ਰਸ਼ਾਦਾ ਵਾਹਿਗੁਰੂ ਜੀ। ਪਰ ਇੱਕ ਗੱਲ ਜ਼ਰੂਰ ਸੋਚਿਓ ਕਿ ਦੁਨੀਆਂ ਭਰ ਵਿੱਚ ਆਈਆਂ ਆਫਤਾਂ ਵਿੱਚ ਡਟ ਕੇ ਮਨੁੱਖਤਾ ਦਾ ਭਲਾ ਕਰਨ ਵਾਲੇ ਆਪਣੇ ਸਿਰ ਤੇ ਪਈ ਆਫਤ ਵਿੱਚ ਇਕੱਲੇ ਕਿਉਂ ਰਹਿ ਗਏ? ਸਾਡੀ ਵਾਰੀ ਨਾ ਕੋਈ ਗਵਾਂਢੀ ਬੌੜਿਆ, ਨਾ ਸਾਡੇ ਤੋਂ ਪਾਣੀ ਮੰਗਣ ਵਾਲੇ, ਨਾ ਅੱਛੇ ਦਿਨਾਂ ਦਾ ਹੁੱਕਾ ਦੇਣ ਵਾਲੇ ਤੇ ਨਾ ਸਾਨੂੰ ਅੱਤਵਾਦੀ ਕਹਿਣ ਵਾਲੇ। ਅਸੀਂ ਤਾਂ ਇੱਥੇ ਪ੍ਰਵਾਸੀ ਵੀ ਭੁੱਖੇ ਨਹੀਂ ਮਰਨ ਦਿੱਤੇ। ਬਾਕੀ ਇਹ ਮੁਸੀਬਤ ਰੱਬ ਦੀ ਕਰੋਪੀ ਨਹੀਂ, ਰਹਿਮਤ ਹੈ ਕਿ ਉਸਨੇ ਦੁਨੀਆਂ ਨੂੰ ਦਿਖਾਇਆ ਕਿ ਜੇ ਇਸ ਧਰਤੀ 'ਤੇ ਖਾਲਸੇ ਨੇ ਰਾਜ ਕੀਤਾ ਤਾਂ ਬਿਨਾਂ ਸਰਕਾਰਾਂ ਦੀ ਮਦਦ 'ਤੇ ਲੋਕ ਕਿਵੇਂ ਆਪਣੀਆਂ ਬਾਹਾਂ ਬਣ ਕੇ ਇਸ ਪੰਜਾਬ ਨੂੰ ਦੁਨੀਆਂ ਵਿੱਚ ਸਰਵੋਤਮ ਹਲੇਮੀ ਰਾਜ ਕਰਕੇ ਦਿਖਾਉਣਗੇ ਤੇ ਕਿਵੇਂ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਦੀਆਂ ਬਾਤਾਂ ਪਾਉਣ ਵਾਲੇ ਦੁਬਾਰਾ ਉਸੇ ਰਾਜ ਨੂੰ ਮੰਨਣਗੇ।